ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਜੀ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਤੇ ਅੱਜ ਹੀ ਆਪਾਂ ਆਏ ਹਾਂਗੇ ਸੁਨਾਮ ਇਹ ਪਟਿਆਲਾ ਰੋਡ ਹੈਗੀ ਆ ਪਿੱਛੇ ਤੁਸੀਂ ਦੇਖ ਰਹੇ ਹੋ ਸੁਨਾਮ ਪਟਿਆਲਾ ਰੋਡ ਅਤੇ ਅੱਜ ਆਪਾਂ ਆਏ ਨਰਸਰੀ ਦੇ ਵਿੱਚ ਹੀ ਅਤੇ ਇੱਥੋਂ ਆਪਾਂ ਲੈ ਕੇ ਚੱਲਾਂਗੇ ਸਜਾਵਟ ਵਾਲੇ ਬੂਟੇ ਕੀ ਵਧੀਆ ਵਧੀਆ ਡੈਕੋਰੇਟਿਵ ਪਲਾਂਟਸ ਲੈ ਕੇ ਚੱਲਾਂਗੇ ਸੋਹਣੇ ਸੋਹਣੇ ਜੇ ਨਾਲੇ ਤੁਹਾਨੂੰ ਦਿਖਾਉਣੇ ਆ ਜੀ ਅਤੇ ਇਹ ਹੈਗੀ ਆ ਗੁਲਸ਼ਨ ਨਰਸਰੀ ਅਤੇ ਜੇ ਕਿਸੇ ਨੇ ਆਉਣਾ ਹੋਵੇ ਤੁਹਾਨੂੰ ਮੈਂ ਦੱਸ ਦੇਣਾ ਗੁਲਸ਼ਨ ਨਰਸਰੀ ਹੈ ਅਤੇ ਵਧੀਆ ਵਧੀਆ ਇੱਥੇ ਪੌਦੇ ਪਲਾਂਟਸ ਮਿਲਦੇ ਨੇਗੇ ਅਤੇ ਆਹ ਤੁਹਾਨੂੰ ਹੁਣ ਅੰਦਰ ਲੈ ਕੇ ਚੱਲਦੇ ਹਾਂ ਅਤੇ ਦਿਖਾਉਣੇ ਆਗੇ ਅਤੇ ਅੱਜ ਆਪਣੇ ਦੋ ਮਿੱਤਰ ਆਏ ਨੇ ਜੀ ਆਪਣੇ ਨਾਲ ਜਿਹੜੇ ਖਾਸ ਨੇ ਇਹ ਅਤੇ ਇਹ ਇਹਦਾ ਨਾਂ ਵੀ ਸੁੱਖਾ ਅਤੇ ਇਹਦਾ ਨਾਂ ਵੀ ਸੁੱਖਾ ਜੀ ਪਰ ਇਹ ਹੈਗਾ ਇਹਨੂੰ ਆਪਾਂ ਕਹਿੰਦੇ ਇਹਨੂੰ ਪਿਆਰ ਨਾਲ ਹੀ ਬਿੱਲਾ ਕਹਿਣੇ ਆਗੇ ਅਤੇ ਇਹਨੂੰ ਸੁੱਖ ਨੰਬਰ ਇਹਨੂੰ ਕੀ ਚੈਨਲ ਨੰਬਰਦਾਰ ਕਹਿਣੇ ਆਗੇ ਅਤੇ ਆਪਣੇ ਨਾਲ ਆਏ ਨੇ ਅਤੇ ਇਹ ਵੀ ਆਪਣੇ ਨਾਲ ਕੀ ਬੂਟੇ ਸਿਲੈਕਟ ਕਰਾਉਣਗੇ ਕਿਹੜੇ ਕਿਹੜੇ ਵਧੀਆ ਨੇਗੇ ਅਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਨਰਸਰੀ ਅਤੇ ਆਪ ਜੀ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਾਂ ਤੁਹਾਨੂੰ ਜਿਹੜੇ ਇਹ ਨਰਸਰੀ ਦੇ ਕੀ ਮਾਲਕ ਨੇਗੇ ਜਾਂ ਨਰਸਰੀ ਦੇਖਭਾਲ ਕਰਦੇ ਨੇ ਆਪਾਂ ਤੁਹਾਨੂੰ ਉਹਨਾਂ ਨਾਲ ਮਿਲਾਉਂਦੇ ਹਾਂਗੇ ਅਤੇ ਇਹ ਨੇ ਵੀਰਾ ਆਪਣੇ ਨਾਲ ਖੜੇ ਕਿ ਜਿਹੜੇ ਨਰਸਰੀ ਦੇ ਮਾਲਕ ਨੇਗੇ ਹੋਰ ਵੀਰ ਜੀ ਤੁਹਾਡਾ ਕੀ ਨਾਮ ਹੈਗਾ ਰਾਜੂ ਸ਼ੇਖ ਨਾਮ ਆ ਬਾਈ ਦਾ ਅਤੇ ਕਿੰਨੇ ਏਕੜ 'ਚ ਫੈਲੀ ਹੋਈ ਹੈ ਵੀਰੇ ਨਰਸਰੀ ਇੱਕ ਕਿੱਲੇ ਦੇ ਵਿੱਚ ਇੱਕ ਕਿੱਲੇ 'ਚ ਆ ਗਈ ਨਰਸਰੀ ਇਹ ਸਾਰੀ ਅਤੇ ਇੱਥੇ ਹਰ ਇੱਕ ਪ੍ਰਕਾਰ ਦਾ ਬੂਟਾ ਕੀ ਪੌਦਾ ਮਿਲਦਾ ਹੈਗਾ ਪੌਦ ਮਿਲਦੀ ਉਹਨਾਂ ਦੀ ਠੀਕ ਹੈ ਜੀ ਅਤੇ ਆ ਜੋ ਹੁਣ ਆਪਾਂ ਤੁਹਾਨੂੰ ਬਾਈ ਆਪਾਂ ਨੂੰ ਸਾਰੀ ਨਰਸਰੀ ਘੁਮਾਊਗਾ ਅਤੇ ਬੂਟਿਆਂ ਬਾਰੇ ਦੱਸੂਗਾ ਅਤੇ ਇਸ ਨਾਮ 'ਚ ਆਈ ਅਤੇ ਤੁਹਾਨੂੰ ਹੁਣ ਆਪਾਂ ਸਾਰੀ ਦਿਖਾਉਣੇ ਪਹਿਲਾਂ ਆਪਾਂ ਦਿਖਾਉਣੇ ਇਨਡੋਰ ਕਿ ਜਿਹੜੇ ਘਰਾਂ ਦੇ ਅੰਦਰ ਰੱਖਣ ਵਾਲੇ ਹੁੰਦੇ ਨੇ ਅਤੇ ਆ ਜੋ ਦੇਖੋ ਇਹ ਸ਼ੀਕੁਸ਼ ਪਾਮ ਆ ਜੀ ਠੀਕ ਹੈ ਜੀ ਅਤੇ ਕੀ ਪ੍ਰਾਈਜ਼ ਆ ਜੀ ਇਹਦਾ ਠੀਕ ਹੈ ਜੀ ਸਾਰਾ ਸਾਲ ਚੱਲਣ ਵਾਲਾ ਠੀਕ ਹੈ ਜੀ ਅਤੇ ਇਹ ਵਾਲਾ ਜੀ ਠੀਕ ਹੈ ਜੀ ਅਤੇ ਇਹ ਵੀ ਠੀਕ ਹੈ ਕਿ ਸਦਾਬਹਾਰ ਨੇ ਕੀ ਸਾਰਾ ਠੀਕ ਹੈ ਜੀ ਇਹ ਕਿਹੜਾ ਹੈਗਾ ਜੀ ਐਲੋਗੇਰੀਆ ਠੀਕ ਹੈ ਜੀ ਅਤੇ ਇਹ ਵੀ ਸਦਾਬਹਾਰ ਨੇ ਇਹ ਕੀ ਸਦਾਬਹਾਰ ਨੇ ਉਰੇ ਜਿਹੜੇ ਲਗਭਗ ਜ਼ਿਆਦਾਤਰ ਨੇ ਅਤੇ ਛੋਟੇ ਵੱਡੇ ਆ ਤੁਹਾਨੂੰ ਅੱਡ ਅੱਡ ਉਹ 'ਚ ਮਿਲ ਜਾਣਗੇ ਅਤੇ ਇਹ ਵਾਲਾ ਕਿਹੜਾ ਹੈਗਾ ਜੀ ਠੀਕ ਹੈ ਜੀ ਅਤੇ ਇਹਦਾ ਪ੍ਰਾਈਜ਼ ਕੀ ਹੈਗਾ 50 ਰੁਪਏ ਬੂਟਾ ਜੀ ਇਹ ਵੀ ਸਦਾਬਹਾਰ ਹੈ ਠੀਕ ਹੈ ਐਰੀਕਾ ਪਾਮ ਠੀਕ ਹੈ ਜੀ ਅਤੇ ਇਹ ਸਾਰਾ ਸਾਲ ਚੱਲਣ ਵਾਲੇ ਨੇਗੇ ਅਤੇ ਇਨਡੋਰ ਨੇ ਸਾਰੇ ਇਹ ਬੂਟੇ ਨੇ ਜਿਹੜੇ ਤੁਹਾਨੂੰ ਪੌਦਾ ਜੀ ਇਹ ਆਹ ਵਾਲੇ ਇਹ ਕਿਹੜਾ ਜੀ ਬਾਜਰੀ ਠੀਕ ਹੈ ਜੀ ਇਹਦਾ ਖਾਸਾ ਔਖਾ ਜਿਹਾ ਨਾਮ ਹੈਗਾ ਠੀਕ ਹੈ ਜੀ ਇਹ ਕਿੱਥੋਂ ਆਉਂਦੇ ਨੇ ਕੀ ਇਹ ਕਲਕੱਤਾ ਠੀਕ ਹੈ ਜੀ ਇਹ ਸਾਰਾ ਕੀ ਕਲਕੱਤੇ ਦਾ ਮਾਲ ਹੈਗਾ ਜਿਹੜਾ ਵੀ ਆਹ ਵਾਲਾ ਕਿਹੜਾ ਹੈਗਾ ਜੀ ਆਹ ਇਹ ਠੀਕ ਹੈ ਜੀ ਇਹ ਇਹ ਬੰਨੇ ਹੋਏ ਕਿਵੇਂ ਇਹ ਕੀ ਹਾਂਜੀ ਇਹ ਦੌੜ ਹੁੰਦਾ ਸਪੋਰਟ ਵਾਸਤੇ ਠੀਕ ਹੈ ਜੀ ਆਹਾ ਜੀ ਇੱਧਰ ਇਹ ਦੋ ਕਲਾਸ ਮਤਲਬ ਹਵਾ ਸਾਫ ਕਰਦਾ ਨਾ ਆਕਸੀਜਨ ਛੱਡਦਾ ਨਾ ਤੂੰ ਠੀਕ ਹੈ ਜੀ ਤੇ ਕੀ ਇਹ ਮੇਸਨ ਇਹ ਜ਼ਿਆਦਾ ਵਧੀਆ ਜਿਹੜਾ ਕਿ ਹਵਾ ਸਾਫ ਕਰਨ ਵਾਲਾ ਹੈ ਇਹ ਛੋਟੇ ਵੱਡੇ ਉੱਧਰ ਛੋਟੇ ਨੇ ਜਿਵੇਂ ਇੱਧਰ ਵੱਡੇ ਨੇਗੇ ਇਹ ਸਾਈਜ਼ ਅੱਡ ਅੱਡ ਮਿਲ ਜਾਣਗੇ ਤੁਹਾਨੂੰ ਇਹ ਵਾਲਾ ਕਿਹੜਾ ਹੈ ਇੱਧਰ ਇਹ ਮਨੀਸ਼ ਤੋਨੀਆ ਜੀ ਮਨੀਸ਼ ਟੋਨੀਆ ਠੀਕ ਹੈ ਹਾਂਜੀ ਮਨੀ ਪਲਾਟ ਦੀ ਅਲੱਗ ਅਲੱਗ ਵੈਰਾਈਟੀਆਂ ਠੀਕ ਹੈ ਜੀ ਜਿਨਾਈਡੋ ਇਹ ਬੜਾ ਵਧੀਆ ਪੱਤਾ ਹੈਗਾ ਜਿਨਾਈਡੋ ਇਹ ਕਿੰਨੇ ਦਾ ਜੀ ਇਹ ਲਗਭਗ 50 ਰੁਪਏ ਦੱਸਣਾ ਨਹੀਂ 150-200 ਤੱਕ ਡੇਢ ਠੀਕ ਹੈ ਕਿਉਂਕਿ ਸਾਈਜ਼ ਦੇ ਮੁਤਾਬਕ ਰੇਟ ਵੱਧਦਾ ਜਾਂਦਾ ਹੈਗਾ ਚਾਈਨਾ ਪਾਮ ਜੀ ਠੀਕ ਹੈ ਜੀ ਚਾਈਨਾ ਪਾਮ ਜੀ ਇਹ ਕੀ ਇਹ ਇੱਧਰ ਵੱਡੇ ਆ ਗਏ ਫੈਨ ਪਾਮ ਇਹ ਅੱਛਾ ਇਹ ਵੀ ਅੱਡ ਅੱਡ ਨੇਗੇ ਠੀਕ ਹੈ ਜੀ ਇਹ ਵੀ ਕਲਕੱਤੇ ਤੋਂ ਆਉਂਦੇ ਨੇ ਠੀਕ ਹੈ ਕਿ ਕਲਕੱਤੇ 'ਚ ਉੱਥੇ ਤਿਆਰ ਹੁੰਦੇ ਨੇ ਇਹ ਅਤੇ ਇਹ ਕਿਹੜੇ ਨੇ ਜੀ ਇਹ ਛੋਟੇ ਛੋਟੇ ਜਿਹੇ ਇਹ ਸੈਕੂਲੈਂਟ ਪਲਾਂਟ ਕੀ ਸਜਾਵਟ ਵਾਲੇ ਬੂਟੇ ਆ ਗਏ ਜੀ ਇਹ ਮੈਂ ਇੱਧਰ ਆ ਦੇਖਿਆ ਸੀ ਇਹ ਇਹ ਕੀ ਚੀਜ਼ ਹੋਈ ਜੀ ਇਹ ਪਿੱਪਲ ਵਰਗਾ ਲੱਗਦਾ ਹੈਗਾ ਠੀਕ ਹੈ ਜੀ 42 ਸਾਲ ਪੁਰਾਣਾ ਬੂਟਾ ਜੀ ਦੇਖੋ ਇਹ ਦੇਖੋ ਹੁਣ ਤੁਹਾਨੂੰ ਐਂ ਲੱਗਦਾ ਪਿੱਪਲ ਵਾਂਗੂ ਹੁੰਦਾ ਗਾ ਜੀ ਅਤੇ ਆਹ
ਵੀ ਡੈਕੋਰੇਟਿਵ ਪਲਾਂਟਸ ਆ ਗਏ। ਠੀਕ ਹੈ ਜੀ, ਅਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਫਲ ਵਾਲੇ ਬੂਟੇ, ਅਤੇ ਆਪਾਂ ਫਲ ਵਾਲੇ ਬੂਟੇ ਕਣੀ ਚੱਲਦੇ ਹਾਂਗੇ। ਠੀਕ ਹੈ ਜੀ, ਇਹ ਰੈੱਡ ਐਪਲ ਬੇਰੀ ਹੈ ਜੀ। ਇਹ ਠੀਕ ਹੈ, ਇਹ ਅੱਛਾ ਉਹ ਆੜੂ ਉੱਧਰ। ਠੀਕ ਹੈ ਜੀ, ਠੀਕ ਹੈ, ਐਪਲ ਅਮਰੂਦ ਹੈ, ਇਹ ਹੈ ਸਾਰੀ ਹੈ ਨੀ। ਠੀਕ ਹੈ, ਆਹ ਲੱਗਣ ਵੀ ਲੱਗ ਰਹੇ। ਠੀਕ ਹੈ, ਇਹ ਅੰਬ ਹੋ ਗਿਆ ਜੀ, ਉਹ ਚੀਕੂ। ਇਹ ਬਾਈ ਨੇ ਪੂਰਾ ਤਿਆਰ ਕਰਿਆ ਹੋਇਆ ਵਧੀਆ, ਇਹ ਇੱਥੇ ਪਾਣੀ ਪੂਣੀ ਵਾਸਤੇ। ਇੱਧਰ ਇਹ ਚੀਕੂ ਹੋ ਗਏ, ਠੀਕ ਆ, ਫਲ ਲੱਗ ਰਿਹਾ ਹੈਗਾ, ਦੇਖ ਰਿਹਾ ਜੀ ਅੰਬ। ਹਾਂ ਜੀ, ਇੱਧਰ ਇਹ ਕਿਨੂੰ ਨੇ, ਇਹ ਵੀ ਵੱਡੇ ਛੋਟੇ ਆ ਗਏ ਜੀ ਇੱਧਰ। ਠੀਕ ਹੈ, ਇੱਧਰ ਇਹ ਵੀ ਇਹ ਮਰੂਦ ਆ ਕੀ, ਇਹ ਅਲੱਗ ਮਰੂਦ ਹੈਗਾ। ਇਹ ਕਿਹੜੀ ਵਰਾਇਟੀ ਆ ਅਮਰੂਦ, ਕਿਹੜੀ ਜੀ? ਬਰਸਖਾਨਾ। ਠੀਕ ਹੈ, ਨਾਸ਼ਪਤੀ ਹੈਗੀ ਇੱਧਰ। ਠੀਕ ਹੈ, ਕਿਹਦੇ ਜੀ? ਠੀਕ ਹੈ, ਹਾਂ ਹਾਂ ਜੀ, ਇਹ 'ਚ ਵੀ ਅੱਡ ਅੱਡ ਵਰਾਇਟੀ ਆਉਂਦੀਆਂ ਨੇ ਕਿ ਇੱਕ ਹੀ ਆਈ ਹੈ, ਉਹ ਅਲੱਗ ਅਲੱਗ ਹੁੰਦੀਆਂ ਨੇ। ਠੀਕ ਹੈ, ਆਹ ਬੇਲਾਂ ਨੇ ਜੀ, ਇਹ ਕਿਹੜੀਆਂ ਕਿਹੜੀਆਂ ਬੇਲਾਂ ਨੇ ਜੀ ਇਹ? ਠੀਕ ਹੈ ਜੀ, ਇਹ ਠੀਕ ਹੈ ਜੀ, ਠੀਕ ਹੈ ਜੀ, ਅਤੇ ਕੰਧਾਂ 'ਤੇ ਚੜ੍ਹਨਾ ਜੀ ਹੁਣ। ਠੀਕ ਹੈ, ਅੱਛਾ ਜੀ, ਅਸ਼ੋਕਾ ਟਰੀ, ਅਸ਼ੋਕਾ ਟਰੀ ਦੇ ਲਵੇ ਚੱਲਦੇ ਜੀ ਆਪਾਂ, ਕਿਹੜਾ ਇਹ ਆ ਅਸ਼ੋਕਾ ਟਰੀ। ਠੀਕ ਹੈ ਜੀ, ਅਤੇ ਇੱਧਰ ਇਹ ਵਾਲੇ। ਠੀਕ ਹੈ ਜੀ, ਅੱਛਾ ਅੱਡ ਕਲਰ ਦੀ ਹੈਗੀ। ਠੀਕ ਹੈ ਜੀ, ਇਹ ਮਿੰਨੀ ਚਾਂਦਨੀ ਹੈ ਜੀ, ਟਾਈਗਰ ਚਾਂਦਨੀ ਵੀ ਬੋਲਿਆ ਜਾਂਦਾ, ਟਾਈਗਰ ਚਾਂਦਨੀ। ਇਹ ਫਾਂਡਾ ਫੈਕਸ ਹੈ ਜਿਹੜਾ ਅੱਜ ਕੱਲ੍ਹ ਮਤਲਬ ਹਿੱਜਾਂ ਬਣਾਉਣੇ ਆ, ਜਿਹੜਾ ਹਿੱਜਾਂ ਦੇ ਤੌਰ 'ਤੇ ਵਰਤਦੇ। ਅੱਛਾ ਜੀ, ਅਤੇ ਇਹ ਕਿਹੜੀ ਵੇਲ ਆਈ ਹੈ ਜੀ? ਗੁਰਦ ਵੇਲ ਆ ਸਰ, ਇਹ ਇਵੇਂ ਅੱਡ ਅੱਡ ਹੁੰਦੀਆਂ ਨੇ ਜੀ ਇਹਨਾਂ ਦੀਆਂ ਵਰਾਇਟੀਆਂ। ਠੀਕ ਹੈ ਜੀ, ਹਾਂ ਜੀ, ਚੀਕੂ ਦਾ ਦੇਖੋ ਜੀ, ਫਲ ਲੱਗਿਆ ਹੋਇਆ ਹੈਗਾ ਕਿੰਨਾ ਵਧੀਆ ਹੈਗਾ। ਅਤੇ ਉਹ ਤੁਸੀਂ ਪਿੱਛੇ ਕੀ ਦਿਖਾ ਰਹੇ ਸੀ? ਉਹ ਗੋਲਫਕਾ। ਠੀਕ ਹੈ ਜੀ, ਅੱਛਾ, ਪਿੱਛੇ ਇਹ ਤਿਆਰ ਕਰਿਆ ਹੋਇਆ ਛੋਟਾ ਜਿਹਾ ਜੀ ਗੋਲਫਕਾ, ਅਤੇ ਜਿਵੇਂ ਕੋਠੀਆਂ ਦੇ ਬਾਹਰ ਬੂਹਰ ਲਾਉਣ ਨੂੰ ਹੁੰਦਾ ਜੀ ਉਹ, ਇਹ ਪਾਰਕ ਬਣਾਉਣ ਵਾਸਤੇ ਵਧੀਆ। ਠੀਕ ਹੈ ਜੀ, ਵਧੀਆ ਸੋਫਟ ਸੋਫਟ ਆ ਜੀ ਇਹ। ਇਹ ਕਿਹੜਾ ਗਈ? ਇਹ ਗੋਲਡਨ ਟੁਕਰੀ। ਠੀਕ ਹੈ ਜੀ, ਇੱਧਰ ਇਹ। ਠੀਕ ਹੈ ਜੀ, ਇਹ ਇਹ ਕੀ ਐਵਰਗ੍ਰੀਨ ਪਲਾਂਟ ਨੇ ਵੀ? ਠੀਕ ਹੈ ਜੀ, ਇੱਧਰ ਕੀ ਹੈ ਸਾਰਾ ਉਹ ਪਾਰਟ ਆ ਗਈ ਜਿਹੜੇ ਠੀਕ ਹੈ ਜੀ, ਜਿਹੜੇ ਕਿ ਵੱਡੇ ਹੋਣ ਵਾਲੇ ਦਰਖਤ ਹੁੰਦੇ ਨੇਗੇ ਇੱਧਰ ਸਾਰੇ ਉਹ ਨੇਗੇ। ਇੱਧਰ ਹੀ ਇਹ ਗੁਲਾਬ ਦੇ ਫੁੱਲ ਆ ਗਈ, ਅੱਛਾ ਕਲਕੱਤਾ ਦਾ ਸਪੈਸ਼ਲ ਗੁਲਾਬ ਹੈ ਜੀ ਇਹ ਗੁਲਾਬ। ਹੈ ਦੇਖੋ ਕਿੰਨੇ ਸੋਹਣੇ ਨੇਗੇ, ਅੱਡ ਅੱਡ ਕਲਰ ਦੇ ਨੇਗੇ, ਚਿੱਟੇ ਰੰਗ ਦਾ ਆ ਗਿਆ ਜੀ ਅੱਡ ਅੱਡ, ਇਹ ਸਾਰੇ ਅੱਡ ਅੱਡ ਕਲਰ ਦੇ ਨੇ ਜੀ ਜਿਹੜੇ ਇਹ ਗੁਲਾਬ ਨੇਗੇ। ਇਹ ਕੈਪਟਸ ਦਾ ਸਾਰਾ ਇਹ ਸੈਕਸ਼ਨ ਆ ਜੀ ਇੱਧਰ ਇਹ। ਹਾਂ ਜੀ, ਅਤੇ ਅੱਡ ਅੱਡ ਦੇਖੋ ਜੀ ਉਹਦੇ ਨੇਗੇ ਕੈਟਾਗਰੀ ਦੇ। ਇਹ ਰਾਜਸਥਾਨ ਤੋਂ ਨੇ ਜਾਂ ਕਿਵੇਂ? ਇਹ ਰਾਜਸਥਾਨ ਤੋਂ ਹੀ ਆਉਂਦੇ ਨੇ, ਜਿਵੇਂ ਹੋਰ ਬੂਟੇ ਜ਼ਿਆਦਾ ਕਲਕੱਤਾ ਤੋਂ ਆਉਂਦੇ ਨੇ ਪਰ ਇਹ ਇਹ ਰਾਜਸਥਾਨ ਦੀ ਆ ਜ਼ਿਆਦਾ ਮੇਨ, ਉੱਚੀ ਹੁੰਦੇ ਨੇ ਜੀ ਇਹ ਛੋਟੇ ਛੋਟੇ ਦੇਖੋ ਜੀ ਅੱਡ ਅੱਡ ਵਧੀਆ ਨੇ ਸੋਹਣੇ ਨੇਗੇ। ਇੱਧਰ ਹੀ ਇਹ ਇਹ ਮੈਨੂੰ ਕੀ ਨਹੀਂ ਹੈ? ਠੀਕ ਹੈ ਜੀ, ਵੇਲ ਆਈ ਇਹ। ਠੀਕ ਹੈ, ਠੀਕ ਹੈ, ਇੱਧਰ ਗਮਲੇ ਵੀ ਨੇ ਜੀ ਤੁਸੀਂ ਦੇਖ ਸਕਦੇ ਹੋ, ਵਧੀਆ ਵਧੀਆ ਗਮਲੇ ਨੇ ਜੇ ਕਿਸੇ ਨੇ ਲੈ ਕੇ ਜਾਣੇ ਹੋਰੇ ਨਾਲ ਤਾਂ ਸਾਰੇ ਗਮਲੇ ਮਿਲਦੇ ਨੇਗੇ। ਅਤੇ ਤੁਹਾਨੂੰ ਸਾਰੇ ਬੂਟੇ ਤਾਂ ਦਿਖਾਈ ਦਿੱਤੇ, ਪੌਦੇ ਸਾਰੇ ਦਿਖਾ ਦੇ ਜੀ। ਅਤੇ ਜੀ ਬਾਈ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਜੀ, ਅਤੇ ਆਪਾਂ ਨੂੰ ਸਾਰੀ ਨਰਸਰੀ ਘੁੰਮਾਈ ਬਾਈ ਨੇ, ਅਤੇ ਵਧੀਆ ਸਾਰੇ ਚੀਜ਼ਾਂ ਦੇ ਰੇਟ ਦੱਸੇ, ਅਤੇ ਆਪਾਂ ਵੀ ਇੱਥੋਂ ਇਹ ਲੈ ਕੇ ਚੱਲਿਆਂਗੇ ਜੀ ਥੋੜ੍ਹੇ ਪਲਾਂਟਸ। ਅਤੇ ਉਰੇ ਨਰਸਰੀ 'ਚ ਜ਼ਰੂਰ ਆਏ ਜੀ ਇਹ ਪਟਿਆਲਾ ਸੁਨਾਮ ਤੋਂ ਜ਼ਿਆਦਾ ਆਪਾਂ ਪਟਿਆਲੇ ਨੂੰ ਇਹਨੇ ਪਟਿਆਲਾ ਰੋਡ 'ਤੇ ਆਈ ਇਹ, ਅਤੇ ਵਧੀਆ ਬਾਈ ਦੇ ਰੇਟ ਨੇ ਇੱਥੇ, ਅਤੇ ਜ਼ਰੂਰ ਇੱਕ ਵਾਰ ਆ ਕੇ ਇੱਥੋਂ ਵਧੀਆ ਵਧੀਆ ਪੌਦੇ ਲੈ ਕੇ ਜਾਓ ਜੀ। ਅਤੇ ਚੱਲ ਠੀਕ ਹੈ ਜੀ ਸਾਰਿਆਂ ਨੂੰ, ਅਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਜਿਓ, ਅਤੇ ਉਰੇ ਨਰਸਰੀ 'ਤੇ ਜ਼ਰੂਰ ਇੱਕ ਵਾਰ ਗੇੜਾ ਮਾਰ ਕੇ ਜਾਇਓ। ਅਤੇ ਹੁਣ ਆਪਾਂ ਜਾਂਦੇ ਹਾਂ ਘਰਾਂ ਨੂੰ,
ਤੇ 5 ਵਜ ਗਏ ਲੋਕਡਾਊਨ ਤਾਂ ਹੋ ਗਿਆ ਤੇ ਘਰਾਂ ਨੂੰ ਜਾਂਦੇ ਜਾਂਦੇ ਰਿਸਕ ਆ ਗਿਆ ਰਸਤੇ 'ਚ ਪੁਲਿਸ ਵੀ ਘੇਰ ਸਕਦੀ ਇੱਕ ਅਸੀਂ ਹੈਗੇ 3 ਜਾਣੇ ਹੈਗੇ ਕਈ ਸਾਨੂੰ ਪਿਆਰ ਭਰੀ ਰਾਮ ਸਿੱਧੂ ਵੱਲੋਂ ਸਤਿ ਸ਼੍ਰੀ ਅਕਾਲ ਜੀ ਤੇ ਮਿਲਦੇ ਅਗਲੇ ਵਲੋਗ ਦੇ ਵਿੱਚ ਜੀ।